ਦਾਹ ਫਿਲਮ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸੋਹਣੀ ਜੀ ਸਤਿ ਸ਼੍ਰੀ ਅਕਾਲ ਅਤੇ ਇਹ ਸੋਹਣੀ ਜੀ ਸਤਿ ਸ਼੍ਰੀ ਅਕਾਲ ਇਸ ਕਰਕੇ ਹੋਈ ਹੈ ਕਿਉਂਕਿ ਗੁੱਡੀਆਂ ਪਟੋਲੇ ਫਿਲਮ ਦੀਆਂ ਦੋ ਸੋਹਣੀਆਂ ਸੋਹਣੀਆਂ ਜਿਹੀਆਂ ਗੁੱਡੀਆਂ ਇੱਥੇ ਮੇਰੇ ਨਾਲ ਖੜੀਆਂ, ਤਾਨਿਆ ਅਤੇ ਸੋਨਮ ਬਾਜਵਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੋਹਣੀ ਜੀ। ਸਤਿ ਸ਼੍ਰੀ ਅਕਾਲ ਸੋਹਣੀ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਸੋਹਣੀ ਜੀ ਸਤਿ ਸ਼੍ਰੀ ਅਕਾਲ। ਸੋਹਣੀ ਜੀ ਸਤਿ ਸ਼੍ਰੀ ਅਕਾਲ। ਇਹ ਦਰਸ਼ਕਾਂ ਦੇ ਲਈ ਸੀਗੀ ਸੋਹਣੀ ਜੀ ਸਤਿ ਸ਼੍ਰੀ ਅਕਾਲ। ਗੁੱਡੀਆਂ ਪਟੋਲੇ ਫਿਲਮ ਰਿਲੀਜ਼ ਹੋ ਚੁੱਕੀ ਹੈ ਇੰਟਰਨੈਸ਼ਨਲ ਵਿਮੈਨ ਡੇ 'ਤੇ ਹੋਈ। ਕੀ ਲੱਗਿਆ ਸੀਗਾ ਕਿ ਇੱਕ ਜਿਹੜਾ ਐਸੀ ਫਿਲਮ ਹੈ ਵਿਮੈਨ ਓਰੀਐਂਟਿਡ ਪੰਜਾਬ ਦੀ, ਉਹ ਵਿਮੈਨਸ ਡੇ ਵਾਲੇ ਦਿਨ ਹੀ ਦੇਖਣ ਨੂੰ? ਵੈਸੇ ਤਾਂ ਇੱਕ ਕੋਇੰਸੀਡੈਂਸ ਆ, ਲੇਕਿਨ ਵਧੀਆ ਹੋ ਗਿਆ ਕਿ ਵਿਮੈਨਸ ਡੇ 'ਤੇ ਆ ਰਹੀ ਆ। ਇਟ ਜਸਟ ਫੀਲ ਸਪੈਸ਼ਲ। ਅਤੇ ਪਲੈਨਿੰਗ ਲੇਕਿਨ ਪਹਿਲਾਂ ਤੋਂ ਇੱਦਾਂ ਨਹੀਂ ਸੀ ਕੀਤੀ ਕਿ ਆਪਾਂ ਵਿਮੈਨ ਡੇ 'ਤੇ ਲੈ ਕੇ ਆਉਣੀ ਆ, ਇੱਦਾਂ ਦਾ ਕੋਈ ਪਲੈਨ ਨਹੀਂ ਸੀ। ਅਤੇ ਤਾਨੀਆਂ ਚੰਗੇ ਚੰਗੇ ਪ੍ਰੋਜੈਕਟਸ ਨਾਲ ਜੁੜ ਰਹੇ ਹੋ, ਕਿਵੇਂ ਇੱਥੇ ਲੱਗਦਾ ਕਿ ਇੱਦਾਂ ਦਾ ਲੱਗਦਾ ਕਿ ਕਿਸਮਤ ਹੈ ਜਿਹੜੀ ਇੱਥੇ ਤੱਕ ਲੈ ਕੇ ਆ ਰਹੀ? ਪਹਿਲੇ ਵੀ ਕਹਿੰਦੇ ਮੇਰੀ ਪਹਿਲੇ ਵੀ ਕਿਸਮਤ ਸੀ, ਮੇਰੀ ਹੁਣ ਵੀ ਕਿਸਮਤ ਹੈ। ਸੋ ਯੈਸ, ਇਟ ਇਜ਼ ਲੱਕ ਬਟ ਇਟਸ ਯੋਰ ਹਾਰਡ ਵਰਕ ਐਜ਼ ਵੈਲ। ਅਤੇ ਗੱਲ ਕੀਤੀ ਜਾਏ ਗੁੱਡੀਆਂ ਪਟੋਲੇ ਦੀ, ਇਸ ਦੇ ਵਿੱਚ ਗੁੱਡੀਆਂ ਤਾਂ ਹਾਈਲਾਈਟ ਹੋਈਆਂ ਹੀ ਨੇ, ਪਰ ਜਿਹੜੇ ਇਹਦੇ ਵਿੱਚ ਗੱਭਰੂ ਹੈ ਨਾ, ਉਹਨਾਂ ਨੇ ਅਸੀਂ ਉਹਨਾਂ ਨੂੰ ਸੁਣਿਆ ਅਤੇ ਦੇਖਿਆ ਕਿ ਤੁਹਾਨੂੰ ਬਹੁਤ ਤੰਗ ਕਰਦੇ ਸੀਗੇ, ਤਾਂ ਤੁਸੀਂ ਉਹਨਾਂ ਨੂੰ ਡਾਂਟਦੇ ਰਹਿੰਦੇ ਸੀ, ਕਿੰਨਾ ਕੁ ਤੰਗ ਕਰਦੇ ਸੀ? ਨਹੀਂ, ਵੈਸੇ ਗੁਰਨਾਮ ਮੈਨੂੰ ਜ਼ਿਆਦਾ ਤੰਗ ਨਹੀਂ ਕਰਦਾ, ਹੀ ਇਜ਼ ਅ ਲਿਟਲ ਸਕੇਅਰਡ ਆਫ ਮੀ, ਮੈਨੂੰ ਤੰਗ ਨਹੀਂ ਕਰਦਾ, ਬਟ ਹੀ ਇਜ਼ ਵੈਰੀ ਸਵੀਟ। ਉਹ ਹਾਸੀ ਮਜ਼ਾਕ ਅਸੀਂ ਆਪਾਂ ਕਰਦੇ ਰਹਿੰਦੇ ਹਾਂ ਸੈੱਟ 'ਤੇ, ਆਈ ਥਿੰਕ ਦੈਟਸ ਹੈਲਦੀ ਐਂਡ ਉਹ ਤੁਹਾਡਾ ਬੌਂਡ ਵੀ ਸਟਰੋਂਗ ਕਰਦਾ ਆ। ਬਟ ਅਦਰ ਦੈਨ ਦੈਟ ਆਈ ਥਿੰਕ ਬਹੁਤ ਹੀ ਵਧੀਆ ਲੱਗਿਆ ਮੈਨੂੰ ਗੁਰਨਾਮ ਦੇ ਨਾਲ ਕੰਮ ਕਰਕੇ, ਐਂਡ ਬਹੁਤ ਹੀ ਟੈਲੈਂਟਡ ਆ ਸਿੰਗਰ ਦਾ, ਬਹੁਤ ਵਧੀਆ। ਹੁਣ ਤੁਸੀਂ ਫਿਲਮ 'ਚ ਵੀ ਦੇਖੀ, ਹੀ ਇਜ਼ ਡਨ ਅ ਵੈਰੀ ਗੁੱਡ ਜੋਬ, ਬਹੁਤ ਹੀ ਜਿਹਨੂੰ ਕਹਿੰਦੇ ਨਾ ਐਫਰਟਲੈਸ ਐਕਟਰ ਨੇ ਉਹ। ਅਤੇ ਅਸੀਂ ਇੱਥੇ ਦੇਖ ਰਹੇ ਹਾਂ ਕਿ ਤੁਸੀਂ ਦੋਨੋਂ ਕਾਫੀ ਦੇਰ ਤੋਂ ਇੰਟਰਵਿਊਜ਼ ਦੇ ਰਹੇ ਹੋ, ਤੁਸੀਂ ਕੁਝ ਖਾਧਾ ਵੀ ਨਹੀਂ ਹੈ ਮੈਨੂੰ ਪਤਾ ਲੱਗ ਰਿਹਾ, ਪਰ ਜਿਹੜੇ ਇਸ ਫਿਲਮ ਦੇ ਗੱਭਰੂ ਹੈ ਉਹ ਉੱਥੇ ਖਾ ਰਹੇ ਹੈ, ਹੈ ਨਾ? ਆਪਾਂ ਦੇਖਦੇ ਹਾਂ, ਮੈਨੂੰ ਲੱਗਦਾ ਚੱਲਦੇ ਹਾਂ ਉਹਨਾਂ ਦੇ ਕੋਲ। ਚਲੋ ਠੀਕ, ਚਲੀਏ ਫਿਰ, ਚਲੋ ਆਪਾਂ ਉਹਨਾਂ ਦੇ ਕੋਲ ਚੱਲਦੇ ਹਾਂ, ਆਪਾਂ ਛਾਪਾ ਮਾਰਦੇ ਹਾਂ। ਉਹ ਦੇਖੋ ਜ਼ਰਾ ਕੈਮਰਾ ਉੱਧਰ ਘੁਮਾ ਦੋ, ਗੁੱਡੀਆਂ ਦੇਖੋ, ਗੁਰਨਾਮ ਭੁੱਲਰ ਲੱਗੇ ਹੋਏ। ਓ ਮਾਈ ਗੋਡ, ਅਕੇਲੇ ਅਕੇਲੇ ਖਾਣੇ ਸ਼ੁਰੂਆਤ ਕੁਝ ਨਹੀਂ ਹੈ, ਤੂੰ ਖਾਣਾ ਵੀ ਨਹੀਂ। ਮੈਂ ਅੱਗੇ ਆ ਜਾਂਦੀ ਹਾਂ, ਇਹਨਾਂ ਨੂੰ ਇੰਟਰਰਪਟ ਕਰ ਦਿੰਦੀ ਹਾਂ। ਫਿਲਮ ਸਾਡੀ ਚੱਲ ਪਈ ਆ, ਚੱਲ ਗਈ ਆ, ਗਾਣਾ ਚੱਲ ਰਿਹਾ ਤੇ ਗਾਣੇ ਚੱਲ ਰਹੇ। ਉਹ ਦੇਖੋ ਗੁੱਡੀਆਂ ਤੁਹਾਡੀਆਂ ਭੁੱਖੀਆਂ ਹੈ, ਹੈ ਨਾ? ਗੁੱਡੀਆਂ ਗੁੱਡੀਆਂ ਤੁਹਾਡੀ ਨੂੰ ਭੁੱਖ ਲੱਗੀ ਹੋਈ ਹੈ ਤੇ ਤੁਸੀਂ ਖਾ ਰਹੇ ਹੋ? ਹਾਂਜੀ, ਗੁੱਡੀਆਂ ਤੁਹਾਡੀ ਨੂੰ ਭੁੱਖ ਲੱਗੀ ਹੋਈ ਹੈ, ਤੁਸੀਂ ਖਾ ਰਹੇ ਹੋ? ਗੁੱਡੀਆਂ ਸਾਡੀਆਂ ਡਾਈਟਿੰਗ ਕਰਦੀਆਂ ਜੀ, ਤੇ ਅਸੀਂ ਕੁਛ ਨਹੀਂ ਕਰਦੇ। ਨਹੀਂ, ਤੁਸੀਂ ਆਇਲਟਸ ਕਰਦੇ? ਅਸੀਂ ਆਇਲਟਸ ਕਰਦੇ ਹਾਂ, ਗੁੱਡੀਆਂ ਸਾਡੀਆਂ ਡਾਈਟਿੰਗ ਕਰਦੀਆਂ। ਆਇਲਟਸ ਤੋਂ ਬਾਅਦ ਦਾ ਕੀ ਪਲਾਨ ਹੈ? ਆਇਲਟਸ ਤੋਂ ਬਾਅਦ ਅਸੀਂ ਸਾਡਾ ਆਇਲਟਸ ਕਲੀਅਰ ਕਰ ਲਈਏ ਤੇ ਹੁਣ ਅਗਲੀ ਫਿਲਮ ਅਸੀਂ ਵੀ ਬਾਹਰ ਸ਼ੂਟ ਕਰਨੀ ਹੈ। ਮੈਂ ਕੈਨੇਡਾ ਆਣਗੇ ਮੇਰੇ ਕੋਲ। ਇਹਨਾਂ ਦੀ ਪਲੈਨਿੰਗ ਪੂਰੀ ਸੈੱਟ ਹੈ, ਤੁਹਾਡੀ ਕੀ ਪਲੈਨਿੰਗ ਹੈ? ਮੈਂ ਤਾਂ ਜੀ ਬਹੁਤ ਸ਼ੋਅ ਲਾ ਲਿਆ, ਮੈਂ ਸੁੱਤਾ ਨਹੀਂ, ਬੜੇ ਦਿਨ ਹੋ ਗਏ, ਮੈਂ ਸੌਣਾ ਹੁਣ 10-15 ਦਿਨ। ਅਸੀਂ ਨਾ ਤੁਹਾਡੇ ਲਈ ਲੈ ਕੇ ਆਏ ਹਾਂ ਸੋਹਣੇ ਸੋਹਣੇ ਜਿਹੇ ਫਲਾਵਰ, ਇਹ ਸਿਰਫ ਤੁਹਾਡੇ ਲਈ ਹੈ, ਅਤੇ ਤੁਸੀਂ ਇਹ ਹੁਣ ਮੇਰੇ ਲਈ ਬੋਲ ਨਹੀਂ, ਇਹ ਤੁਸੀਂ ਹੁਣ ਵੰਡਣੇ ਆ, ਠੀਕ ਹੈ? ਅਸੀਂ ਤੁਹਾਨੂੰ ਸਵਾਲ ਪੁੱਛਾਂਗੇ ਅਤੇ ਉਹ ਜਿਹਦੇ ਨਾਲ ਰਿਲੇਟ ਕਰਦਾ ਜਾਂ ਜਿਹਨੂੰ ਤੁਸੀਂ ਕਹਿਣਾ ਚਾਹੁੰਦੇ ਉਹਨੂੰ ਚੁੱਕ ਕੇ ਇੱਕ ਫੁੱਲ ਦੇ ਦੇਣਾ, ਠੀਕ ਹੈ ਜੀ? ਅੱਛਾ, ਗੁੱਡ ਗੇਮ। ਗੁੱਡ ਗੇਮ ਨਹੀਂ ਤਾਜੀ, ਸਵਾਲ ਹੋਊਗਾ ਚੱਕਵਾ ਯਾਰ, ਕਲੇਸ਼ ਗੇਮ। ਚਲੋ ਵੀਰੇ, ਮੈਂ ਮੈਨੂੰ ਮਿਲਣੇ ਚਾਹੀਦੇ ਸਭ ਤੋਂ ਜ਼ਿਆਦਾ, ਪਰ ਮੈਂ ਦਊਂਗਾ, ਮੈਨੂੰ ਤਾਂ ਜੋ ਮਰਜ਼ੀ ਪੁੱਛ ਲੈ ਲਿਆ ਸੀ ਉਸ ਹਿਸਾਬ ਨਾਲ ਦਿਓ। ਦੇਖੋ ਜੀ, ਗਵਾਹ ਤੇ ਮੰਤਰੀ ਮੌਕੇ ਦੇ ਹੁੰਦੇ ਆ, ਚੱਲੇਗਾ ਦੇਖ ਲੈਂਦੇ ਹਾਂ ਮੌਕੇ 'ਤੇ ਇਸ ਚੀਜ਼ ਦਾ ਕੀ ਬਣਦਾ, ਠੀਕ ਹੈ? ਗੁੱਡੀਆਂ ਪਟੋਲੇ ਦੀ ਪੂਰੀ ਫਿਲਮ ਦੇ ਵਿੱਚ ਨਜ਼ਰ ਆ ਰਿਹਾ ਕਿ ਕੁੜੀਆਂ ਦਾ ਇੱਕ ਬਹੁਤ ਹੀ ਵਧੀਆ ਜਿਹਾ ਕਿਰਦਾਰ ਹੈ, ਅਤੇ ਇਹਦੇ ਵਿੱਚ ਕਿਹਦਾ ਤੁਹਾਨੂੰ ਪਾਰਟ ਸਾਰਿਆਂ ਨਾਲੋਂ ਜ਼ਿਆਦਾ ਵਧੀਆ ਲਿਖਿਆ? ਜਿਨ੍ਹਾਂ ਨੇ ਨਿਭਾਇਆ ਉਹਨਾਂ ਨੇ ਜਾਂ ਜਿਨ੍ਹਾਂ ਨੇ ਲਿਖਿਆ ਉਹਨਾਂ ਦਾ? ਨਹੀਂ, ਤੁਸੀਂ ਫਿਲਮ ਬਾਰੇ ਪੁੱਛ ਰਹੇ ਹੋ ਕਿ ਕਿਰਦਾਰ ਬਾਰੇ ਪੁੱਛ ਰਹੇ ਹੋ? ਓਵਰਆਲ ਫਿਲਮ ਕਿਰਦਾਰ ਦਿੱਤਾ ਗਿਆ ਉਹ ਜ਼ਿਆਦਾ ਵਧੀਆ ਸੀ ਜਾਂ ਦੋਨਾਂ ਦੇ ਵੱਲੋਂ ਨਿਭਾਇਆ ਗਿਆ, ਦੋਨਾਂ 'ਚੋਂ ਕਿਹੜੇ ਵਧੀਆ ਸੀ ਇਹਨਾਂ ਦੋਨਾਂ? ਯਾਰ ਮੇਰੇ ਖਿਆਲ 'ਚ ਸਾਰਿਆਂ ਨਾਲੋਂ ਜ਼ਿਆਦਾ ਸ਼ਰਾਰਤੀ ਕੌਣ ਸੀ ਤਿੰਨਾਂ 'ਚੋਂ? ਸ਼ਰਾਰਤੀ ਤਾਂ ਫਿਰ ਮੈਂ ਹੀ ਸੀ। ਫੁੱਲ ਆਪਣੇ ਕੋਲ ਰੱਖੋਗੇ, ਦਊਂਗੇ ਨਹੀਂ ਕਿਸੇ? ਨਹੀਂ, ਫਿਰ ਉਹ ਤੁਸੀਂ ਨੀ ਮਾੜੀ ਗੱਲ ਨੇ, ਕੁੜੀਆਂ ਨੂੰ ਬੋਲਣ ਨਹੀਂ ਲੈ, ਦੋ ਮੁੰਡਿਆਂ ਨੂੰ ਮਿਲ ਗਏ। ਅਗਲਾ ਸਵਾਲ ਅਜੇ ਦੋ ਮੁੰਡੇ ਮੈਨੂੰ ਲੱਗਦਾ ਕੁੜੀਆਂ ਨੂੰ ਫੁੱਲ ਦੇਣਗੇ ਹੀ ਨਹੀਂ, ਇਹ ਆਪਣੇ ਕੋਲ ਰੱਖਣਗੇ, ਹੈ ਨਾ? ਕੌਣ ਬੌਸੀ ਸੀਗਾ ਸੈੱਟ 'ਤੇ?
ਨਹੀਂ ਉਹ ਉਹ ਜਿਹਨ ਦੂਜਾ ਨਵਾਂ ਦੇ ਨਵਾਂ ਆ ਤੇਰੇ ਵਾਲਾ ਰੱਖ ਲਾ ਆਪਣੇ ਵਾਲਾ ਫੁੱਲ ਉਧਰ ਗਿਆ ਹੋ ਤਿੰਨ ਇੱਕ ਇੱਕ ਫੁੱਲ ਸਾਰਿਆਂ ਕੋਲ ਆ ਗਿਆ ਕੈਰੈਕਟਰ ਹੀ ਬੌਸੀ ਸੀਗਾ ਨਾ ਇਵਨ ਅਦਰਵਾਈਜ਼ ਇਨ ਮਾਈ ਲਾਈਫ ਆਈ ਲਾਈਕ ਬੀਇੰਗ ਬੌਸੀ ਇੰਨਾ ਕੁਝ ਸੋਨਮ ਜੀ ਨੇ ਤੁਹਾਨੂੰ ਕਰ ਤੁਹਾਡੇ ਲਈ ਕਰ ਦਿੱਤਾ ਪ੍ਰਮੋਸ਼ਨ ਦੇ ਦੌਰਾਨ ਕਰਤਾ ਮੇਕਅਪ ਵੀ ਕਰਤਾ ਸਾਰਾ ਕੁਝ ਕਰਤਾ ਕੋਈ ਗਿਫਟ ਨਹੀਂ ਦੇਣਾ ਚਾਹੋਗੇ ਉਹਨਾਂ ਨੂੰ ਯਾਰ ਮੈਂ ਸਾਰਿਆਂ ਦੇ ਸਾਹਮਣੇ ਥੋੜਾ ਦਊਂਗਾ ਗਿਫਟ ਮੈਂ ਆਪਦੇ ਹਿਸਾਬ ਨਾਲ ਦੇ ਦੂੰਗਾ ਜਦੋਂ ਦੇਣਾ ਹੋਇਆ ਕੀ ਤੁਸੀਂ ਪ੍ਰੈਸ਼ਰ ਪਾਇਆ ਸਾਰਿਆਂ ਨੇ ਮੇਰੇ ਤੇ ਹੈ ਅਗਲੀ ਫਿਲਮ ਹੈ ਸਾਰੀ ਟੀਮ ਬਹੁਤ ਸ਼ਾਨਦਾਰ ਹੈ ਅਗਲੀ ਫਿਲਮ ਜੇ ਤਿੰਨ ਅਲੱਗ ਅਲੱਗ ਪ੍ਰੋਜੈਕਟ ਹੋਣ ਇੱਕ ਦੇ ਵਿੱਚ ਤਾਨੀਆ ਇੱਕ ਦੇ ਵਿੱਚ ਸੋਨਮ ਹੈ ਇੱਕ ਦੇ ਵਿੱਚ ਜਗਦੀਪ ਹੈ ਕਿਹੜੀ ਫਿਲਮ ਪਹਿਲਾਂ ਸਿਲੈਕਟ ਕਰੋ ਨਹੀਂ ਮੈਂ ਜਗਦੀਪ ਵੀਰਾ ਓਬਵੀਅਸਲੀ ਇੱਕ ਹੋਰ ਹੋ ਗਿਆ ਆ ਤੇਰਾ ਹੱਥ ਤੂੰ ਤੇਰਾ ਜਿੱਤਿਆ ਕਿਉਂਕਿ ਜਗਦੀਪ ਵੀਰੇ ਨੇ ਮਤਲਬ ਬਾਕੀ ਸਾਰਾ ਕੁਝ ਆਪੇ ਕਰ ਲੈਣਾ ਸੈੱਟ ਥੋੜਾ ਜਿਹਾ ਜਿੱਤ ਗਿਆ ਹੁਣ ਦੋ ਨਹੀਂ ਉਹ ਦੋ ਬਰਾਬਰ ਹੀ ਹੋ ਸਕਦਾ ਕੋਈ ਮੇਰੇ ਤੁਸੀਂ ਕਿਤੇ ਬਦਲਾ ਤਾਂ ਨਹੀਂ ਕੱਢ ਰਹੇ ਕਿ ਫਿਲਮ ਤੋਂ ਬਾਅਦ ਆ ਕਿ ਫਿਲਮ 'ਚ ਤੁਸੀਂ ਤਾਂ ਪੋਸੀਬਿਲਟੀ ਦਿਖਾ ਦਿੱਤੀ ਪਰ ਹੁਣ ਮੇਰੀ ਵਾਰੀ ਹੈ ਫੁੱਲ ਨਹੀਂ ਦੇਣਾ ਮੈਂ ਨਹੀਂ 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 ਆਪਾਂ ਤੁਸੀਂ ਤੁਸੀਂ ਕਿਹਾ ਵੀ ਸੱਚਾ ਆਪਾਂ ਫਰੈਂਕਲੀ ਸਹੀ ਓਨੈਸਟ ਜਵਾਬ ਦੇਣਾ ਹੈ ਹਾਂਜੀ ਦਿਲ ਤੋਂ ਇਹ ਜਾਣਨਾ ਚਾਹਾਂਗੇ ਕਿ ਸਾਰਿਆਂ ਨਾਲੋਂ ਜ਼ਿਆਦਾ ਵਧੀਆ ਕੰਮ ਇਹਨਾਂ ਤਿੰਨਾਂ 'ਚੋਂ ਤੁਹਾਡੇ ਹਿਸਾਬ ਨਾਲ ਕਿੰਨੀ ਤੁਸੀਂ ਉੱਦਾਂ ਹੀ ਕਹਿ ਦਿਓ ਵੀ ਲੜਾਈ ਪਾਉਣੀ ਤੁਹਾਡੇ 'ਚ ਤੁਹਾਡਾ ਪੁਆਇੰਟ ਆਫ ਵਿਊ ਜਾਣਨਾ ਚਾਹਾਂਗੇ ਮੇਰੇ ਖਿਆਲ 'ਚ ਸਾਰਿਆਂ ਤੋਂ ਵਧੀਆ ਕੰਮ ਤੇ ਕੀਤਾ ਵਿਜੇ ਕੁਮਾਰ ਅਰੋੜਾ ਸਰ ਨੇ ਸਾਡੇ ਡਾਇਰੈਕਟਰ ਨੇ ਆ ਫਿਰ ਇੱਕ ਦਾਦੂ ਦਾ ਹੋ ਗਿਆ ਦਾਦੂ ਫੁੱਲ ਤੁਹਾਡੇ ਹੱਥ 'ਚ ਹੀ ਰੱਖ ਲੈ ਇੱਕ ਫੁੱਲ ਗੁੱਡੀਆਂ ਪਟੋਲੇ ਸਬਜੈਕਟ ਆਪਣੇ ਆਪ 'ਚ ਨਾ ਇੱਕ ਬਹੁਤ ਵੱਡਾ ਜਿਹਨੂੰ ਕਹਿ ਸਕਦੇ ਹਾਂ ਕਿ ਇੱਕ ਚੇਂਜ ਓਵਰ ਵੀ ਸੀਗਾ ਇੰਡਸਟਰੀ ਦੇ ਲਈ ਅਤੇ ਇਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਹੁਣ ਇੱਕ ਮੁਕਾਮ ਜਿਹੜਾ ਨਾ ਉਹ ਵੱਧ ਚੁੱਕਿਆ ਅੱਗੇ ਆਪਣੀ ਫਿਲਮਾਂ ਦੇ ਲਈ ਕੀ ਦੇਖੋਗੇ ਅਤੇ ਉਹਦੇ ਵਿੱਚ ਕੀ ਪਾ ਲਓ ਓਬਵੀਅਸਲੀ ਸਕ੍ਰਿਪਟ ਐਂਡ ਕੰਟੈਂਟ ਯਾ ਸਿੰਪਲ ਕੰਟੈਂਟ ਮੈਂ ਪਹਿਲੇ ਵੀ ਸਕ੍ਰਿਪਟ ਵੇਖਦੀ ਸੀ ਐਂਡ ਕਾਸਟ ਐਂਡ ਡਾਇਰੈਕਸ਼ਨ ਮੈਂ ਅੱਗੇ ਵੀ ਇਹੀ ਵੇਖਾਂਗੇ ਮੈਨੂੰ ਮੈਂ ਫੁੱਲ ਲੈਣੀ ਸੀ ਆਈ ਗੁਰਨਾਮ ਕੋਈ ਵੀ ਮੈਂ ਸਨੈਕਸ ਖਾਣ ਆਈ ਸੀ ਅਤੇ ਉਹ ਮੈਂ ਖਾ ਲਿਆ ਇਹਨਾਂ ਨੇ ਤੁਹਾਨੂੰ ਫੁੱਲ ਦੇ ਦਿੱਤੇ ਆਪਣੇ ਆਪਣੇ ਫੁੱਲ ਫੜ ਲਓ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦਈਏ ਜਿੱਤਿਆ ਕੌਣ ਹੈ ਚਲੋ ਜੀ ਆ ਗੁਰਨਾਮ ਭੁੱਲਰ ਦਾ ਆ ਦੋ ਮੇਰੇ ਆ ਇੱਕ ਦਾਦੂ ਦਾ ਚਲ ਇੱਕ ਬਰਾਬਰ ਕਰ ਦਿੰਦੇ ਆ ਤਾਨੇ ਨੂੰ ਫੜਾ ਦਾ ਅੱਛਾ ਉਹਨਾਂ ਨੇ ਖਾਣਾ ਫੜ ਲਿਆ ਠੀਕ ਹੈ ਜੀ ਆ ਦਾ ਵਿਜੇ ਕੁਮਾਰ ਦਾ ਤੇ ਮਤਲਬ ਜਿੱਤੇ ਹੈ ਜਗਦੀਪ ਸਿੱਧੂ ਮੈਂ ਜਿੱਤਿਆ ਜੀ ਤੇ ਇਹਦੇ ਵਿੱਚ ਇੱਕ ਹੁਣ ਮੈਨੂੰ ਦਾਹ ਫਿਲਮ ਵੱਲੋਂ ਮਿਲਦਾ ਹੈ 20,000 ਦਾ ਹੈ ਗਿਫਟ ਹੈਂਪਰ ਲਿਆਓ ਜੀ ਇਹ ਆਪਾਂ ਸ਼ੁਰੂਆਤ ਟੋਫੀ ਤੋਂ ਕਰ ਲੈਂਦੇ ਹਾਂ ਸਾਰਿਆਂ ਨੂੰ ਤੁਹਾਨੂੰ ਕਿਹੜਾ ਕਲਰ ਪਸੰਦ ਹੈ ਮੈਨੂੰ ਰੈੱਡ ਮੈਨੂੰ ਤਾਂ ਸਾਰੇ ਕਲਰ ਪਸੰਦ ਨੇ ਮੈਨੂੰ ਯੈਲੋ ਦੇ ਦਿਓ ਸਾਰੇ ਤਾਂ ਤੁਹਾਨੂੰ ਦੋ ਦੇ ਦਾਂ ਚੱਲ ਵੀ ਆਪਣੇ ਕੋਲ ਟੋਫੀਆਂ ਦੋ ਆ ਗਈਆਂ ਠੀਕ ਹੈ ਜੀ ਤੁਹਾਨੂੰ ਬਰਾਬਰ ਦਾ ਮੁਕਾਬਲਾ ਹੈ ਮੈਨੂੰ ਯੈਲੋ ਤੁਹਾਨੂੰ ਯੈਲੋ ਵਾਈ ਗਰਲਸ ਲਵ ਯੈਲੋ ਇਹਦਾ ਵੀ ਜਵਾਬ ਦੇ ਦਿਓ ਯੈਲੋ ਉਦਾਂ ਹੀ ਯਾਰ ਆਈ ਥਿੰਕ ਮੈਨੂੰ ਮੈਂ ਹੈਪੀ ਕਲਰ ਹਾਂ ਹੈਪੀ ਆਰ ਹੈਪੀ ਇਨਸਾਈਡ ਯਾ ਇਹਦਾ ਮੈਨੂਪੁਲੇਟ ਕਰਕੇ ਆਨਸਰ ਦੇਣਾ ਹੋਣਾ ਪੰਜਾਬ ਦੇ ਸਰੋਂ ਦੇ ਫੁੱਲਾਂ ਦੀ ਕਲਚਰ ਹੈ ਇਹਦੇ 'ਚ ਕਲਚਰ ਹੈ ਤੁਸੀਂ ਦੇਖ ਹੀ ਰਹੇ ਹੋਗੇ ਸਾਰੀ ਟੀਮ ਕਿੰਨੀ ਐਕਸਾਈਟਡ ਹੈ ਆਲ ਦਾ ਵੈਰੀ ਬੈਸਟ ਟੂ ਯੂ ਫੋਰ ਫਿਊਚਰ ਪ੍ਰੋਜੈਕਟਸ ਵਧੀਆ ਵਧੀਆ ਫਿਲਮਾਂ ਲੈ ਕੇ ਆਉਂਦੇ ਰਹੋ ਅਤੇ ਬੋਲੀਵੁੱਡ ਦਾ ਜਿਹੜਾ ਲੈਵਲ ਹੈ ਇਸੇ ਤਰ੍ਹਾਂ ਨਾਲ ਵਧਾਉਂਦੇ ਰਹੋ ਥੈਂਕ ਯੂ ਸੋ ਮਚ ਥੈਂਕ ਯੂ ਜੀ ਫੁੱਲਾਂ ਲਈ ਟੋਫੀਆਂ ਲਈ ਅਤੇ ਸਾਰਾ ਕੁਛ ਲਈ ਥੈਂਕ ਯੂ ਜੀ ਥੈਂਕ ਯੂ ਇਹਨਾਂ ਦੇ ਗੁਲਾਬ ਜਾਮੁਨ ਇੰਨੀ ਗੁਲਾਬ ਜਾਮੁਨ ਤਾਂ ਠੰਡੇ ਹੋ ਰਹੇ ਆ ਖਾਣਾ ਵੀ ਠੰਡਾ ਹੋ ਰਿਹਾ ਅਤੇ ਤੁਹਾਡੇ ਸਾਰਿਆਂ ਦਾ ਇਹਨਾਂ ਦੇ ਫੁੱਲਾਂ ਬਾਰੇ ਅਤੇ ਇਹਨਾਂ ਸਾਰਿਆਂ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵਾਰੀ ਗੁੱਡੀਆਂ ਪਟੋਲੇ ਬਾਰੇ ਵੀ ਦੱਸਣਾ ਗੁੱਡੀਆਂ ਪਟੋਲੇ ਬਾਰੇ ਜਦੋਂ ਵੀ ਫਿਲਮ ਦੇਖ ਕੇ ਆਓ ਆ ਕੇ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਅਤੇ ਕਮੈਂਟ ਕਰਕੇ ਦੱਸਣਾ ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵਾਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ Thank you.